ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਗਪ੍ਰੀਤ ਬ੍ਰੌਡਵੇ ਇਮੀਗ੍ਰੇਸ਼ਨ ਸਰਵਿਸਿਜ਼ ਤੋਂ। ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਾਂਗਾ ਜੀ USA ਸਟੱਡੀ ਵੀਜ਼ਾ ਨੂੰ ਲੈ ਕੇ, ਸਪੈਸੀਫਿਕਲੀ ਇੰਟਰਵਿਊ ਦੇ ਪੁਆਇੰਟ ਆਫ ਵਿਊ ਨਾਲ ਲੈ ਕੇ ਕਿਹੜੀਆਂ ਇੰਪੋਰਟੈਂਟ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਤੁਸੀਂ USA ਦੇ ਸਟੱਡੀ ਵੀਜ਼ਾ ਨੂੰ ਅਪਰੋਚ ਕਰ ਰਹੇ ਹੋ। ਹਰ ਇੱਕ ਸਟੂਡੈਂਟ ਨੂੰ ਪਤਾ ਕਿ ਇੰਟਰਵਿਊ ਬੇਸਡ ਵੀਜ਼ਾ। ਅਗਰ ਮੈਨੂੰ ਆਪਣੀਆਂ ਟਰਮਸ ਦੇ ਵਿੱਚ ਗੱਲ ਕਰਾਂ ਜਾਂ ਖੁਦ ਦੇ ਪੁਆਇੰਟ ਆਫ ਵਿਊ ਦੇ ਨਾਲ ਗੱਲ ਕਰਾਂ ਤਾਂ ਇਹ ਵੀਜ਼ਾ ਲੈਣਾ ਕੰਪੈਰੇਟਿਵਲੀ ਬਾਕੀ ਕੰਟਰੀਆਂ ਦੇ ਸਭ ਤੋਂ ਈਜ਼ੀ ਹੈ। ਕਿਸੇ ਤਰ੍ਹਾਂ ਦੀ ਕੋਈ ਡਾਕੂਮੈਂਟਡ ਬੇਸਡ ਡਿਸੀਜਨ ਇੱਥੇ ਨਹੀਂ ਦਿੱਤਾ ਜਾਂਦਾ। ਤੁਸੀਂ ਵਿਦ ਆਇਲਸ ਅਪਲਾਈ ਕਰ ਰਹੇ ਹੋ, ਵਿਦਆਊਟ ਕਰ ਰਹੇ ਹੋ, ਬਿਨਾਂ ਗੈਪ ਤੋਂ ਕਰ ਰਹੇ ਹੋ, 4 ਸਾਲ ਦੇ ਗੈਪ ਨਾਲ ਅਪਲਾਈ ਕਰ ਰਹੇ ਹੋ, ਤੁਸੀਂ ਕਿਹੜੇ ਬੋਰਡ ਤੋਂ, ਕਿਹੜੀ ਯੂਨੀਵਰਸਿਟੀ ਤੋਂ ਪੜ੍ਹੇ ਹੋ, ਕਿਹੜੇ ਸਬਜੈਕਟਸ ਦੇ ਨਾਲ ਪੜ੍ਹੇ ਹੋ। ਜਿੱਦਾਂ ਆਪਾਂ ਆਸਟ੍ਰੇਲੀਆ 'ਚ ਦੇਖਦੇ ਹਾਂ ਕਿ ਆਰਟਸ ਵਾਲੇ ਸਟੂਡੈਂਟ ਜਿਨ੍ਹਾਂ ਨੇ ਹਿਸਟਰੀ, ਪੋਲੀਟੀਕਲ ਸਾਇੰਸ ਪੜ੍ਹਿਆ ਹੁੰਦਾ ਹੈ ਜਾਂ ਫਾਈਨ ਆਰਟਸ ਦੇ ਸਬਜੈਕਟ ਪੜ੍ਹੇ ਹੁੰਦੇ ਨੇ, ਉਹਨਾਂ ਲਈ ਵੀਜ਼ਾ ਲੈਣਾ ਉੱਥੇ ਬਹੁਤ ਮੁਸ਼ਕਿਲ ਹੋ ਜਾਂਦਾ। ਕੈਨੇਡਾ ਦੇ ਵਿੱਚ ਵੀ ਹਿਊਮੈਨਿਟੀਜ਼ ਬੇਸਡ ਪ੍ਰੋਗਰਾਮ ਬਹੁਤ ਘੱਟ ਮਿਲਦੇ ਨੇ, ਬਟ USA ਦੇ ਵਿੱਚ ਹਰ ਇੱਕ ਟ੍ਰੇਡ ਦੇ ਲਈ ਪ੍ਰੋਗਰਾਮ ਅਵੇਲੇਬਲ ਹੈ। ਹੁਣ ਗੱਲ ਆਉਂਦੀ ਹੈ ਕਿ ਜਦੋਂ ਤੁਸੀਂ USA ਲਈ ਅਪਲਾਈ ਕਰਨਾ, ਸੈਲਫ ਕੌਨਫੀਡੈਂਸ, ਸੈਲਫ ਪ੍ਰੈਪਰੇਸ਼ਨ, ਬੋਡੀ ਲੈਂਗੁਏਜ, ਕੰਟੈਂਟ ਡਿਲੀਵਰੀ, ਇਹਦੇ ਉੱਤੇ ਸਟੂਡੈਂਟ ਨੂੰ ਖੁਦ ਨੂੰ ਕੰਮ ਕਰਨਾ ਪੈਣਾ। ਇਸ ਚੀਜ਼ ਦੇ ਉੱਤੇ ਉਹਨੂੰ ਪ੍ਰਿਪੇਅਰ ਨਹੀਂ ਕੀਤਾ ਜਾ ਸਕਦਾ ਕਿ ਉਹਦੇ 'ਚ ਹੁਣ ਕੌਨਫੀਡੈਂਸ ਸਟੂਡੈਂਟ ਨੂੰ ਖੁਦ ਬਿਲਟ ਕਰਨਾ ਪਊਗਾ, ਆਪਣੇ ਆਪ ਬਿਲਟ ਕਰਨਾ ਪਏਗਾ। ਪ੍ਰੈਪਰੇਸ਼ਨ ਉਹ ਕਰ ਸਕਦਾ ਕੁਝ ਫੈਕਟਸ ਨੂੰ ਲੈ ਕੇ, ਫਿਗਰਸ ਨੂੰ ਲੈ ਕੇ, ਉਹਦੀ ਟਿਊਸ਼ਨ ਫੀ ਕਿੰਨੀ ਹੈ, ਉਹਦੀ ਯੂਨੀਵਰਸਿਟੀ ਦਾ, ਕਾਲਜ ਦਾ ਇੰਪਲੋਇਮੈਂਟ ਰੇਸ਼ੋ ਕੀ ਹੈ, ਉਹਦੇ ਵਿੱਚ ਸਟੂਡੈਂਟ ਸੈਟਿਸਫੈਕਸ਼ਨ ਰੇਸ਼ੋ ਕੀ ਹੈਗੀ ਹੈ, ਮੋਡਿਊਲ ਕਿਹੜੇ ਉਹਨੇ ਪੜ੍ਹਨੇ ਨੇ, ਇਹਨਾਂ ਚੀਜ਼ਾਂ ਦੀ ਤਿਆਰੀ ਕਰਨੀ ਚਾਹੀਦੀ ਹੈ। ਦਿਸ ਇਜ਼ ਦਾ ਪਾਰਟ ਜਿੱਥੇ ਸਟੂਡੈਂਟ ਨੂੰ ਖੁਦ ਨੂੰ ਇਨਵੋਲਵ ਹੋਣਾ ਪੈਣਾ। ਬੇਸਿਕ ਇਹਦਾ ਪਾਰਟ ਜਿਹੜਾ ਜੋ ਇੱਕ ਬਹੁਤ ਇੰਪੋਰਟੈਂਟ ਹੈ ਜਾਂ ਇਹਦਾ ਤੁਸੀਂ ਬੇਸ ਕਹਿ ਲਓ, ਦੈਟ ਇਜ਼ ਦਾ ਸਿਲੈਕਸ਼ਨ ਆਫ ਦੀ ਇੰਸਟੀਟਿਊਸ਼ਨ। ਜਿਵੇਂ ਸਟੂਡੈਂਟ ਆਪਾਂ ਦੇਖਦੇ ਹਾਂ ਨਾ ਕੈਨੇਡਾ ਦੇ ਵਿੱਚ ਜਾਂ UK ਦੇ ਵਿੱਚ, ਤਾਂ ਸਟੂਡੈਂਟ ਦੀ ਪਹਿਲੀ ਪ੍ਰੈਫਰੈਂਸ ਹੁੰਦੀ ਹੈ ਜੀ ਉਹ ਵਾਲਾ ਇੰਸਟੀਟਿਊਸ਼ਨ ਚਾਹੀਦਾ ਜਿੱਥੇ ਘੱਟ ਤੋਂ ਘੱਟ ਪੜ੍ਹਨ ਜਾਣਾ ਪੈ ਜੇ ਔਰ ਸੌਖੇ ਤੋਂ ਸੌਖਾ ਪ੍ਰੋਗਰਾਮ ਪੜ੍ਹਨਾ। ਦੈਟਸ ਇਟ ਰੀਜ਼ਨ ਬੀਂਗ ਕਿ ਉੱਥੇ ਨਾ ਡਾਕੂਮੈਂਟਡ ਬੇਸਡ ਡਿਸੀਜਨ ਆਉਂਦਾ ਹੈ। ਤੁਹਾਡੇ ਆਇਲਸ ਦੇ ਸਕੋਰ ਮੈਟਰ ਕਰਦੇ ਨੇ, ਤੁਹਾਡੇ ਅਕੈਡਮਿਕਸ ਦੇ ਸਕੋਰ ਮੈਟਰ ਕਰਦੇ ਨੇ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ। ਹੁਣ US 'ਚ ਜਦੋਂ ਤੁਸੀਂ ਇੰਟਰਵਿਊ 'ਤੇ ਜਾਣਾ ਤਾਂ ਉੱਥੇ ਜਿਸ ਇੰਸਟੀਟਿਊਸ਼ਨ 'ਚ ਤੁਸੀਂ ਅਪਲਾਈ ਕਰ ਰਹੇ ਹੋ ਉਹਦੀ ਰੈਂਕਿੰਗ ਕੀ ਹੈ, ਉਹਦੀ ਰੈਪਿਊਟੇਸ਼ਨ ਕੀ ਹੈ, ਸਭ ਤੋਂ ਪਹਿਲਾਂ ਵੀਜ਼ਾ ਆਫੀਸਰ ਇਸ ਪੁਆਇੰਟ ਦੇ ਉੱਤੇ ਐਨਾਲਿਸਿਸ ਕਰਦਾ। ਜੋ ਵੀ ਸਟੂਡੈਂਟ ਇੰਟਰਵਿਊ ਦੇਣ ਜਾ ਰਿਹਾ, ਅਗਰ ਉਹ ਇੱਕ ਵੈਲ ਰਿਪਿਊਟਡ ਯੂਨੀਵਰਸਿਟੀ 'ਚ ਜਾ ਰਿਹਾ, ਇੱਕ ਹਾਈ ਸਕਿੱਲਡ ਪ੍ਰੋਗਰਾਮ ਦੇ ਵਿੱਚ ਅਪਲਾਈ ਕਰ ਰਿਹਾ, ਤਾਂ ਹਾਫ ਆਫ ਦਾ ਜੋਬ ਇਜ਼ ਡਨ। ਉੱਥੇ ਹੀ ਵੀਜ਼ਾ ਆਫੀਸਰ ਯੂ ਕੈਨ ਸੇ ਮੋਰ ਦੈਨ 50% ਸੈਟਿਸਫਾਈ ਹੋ ਜਾਂਦਾ ਦੈਟ ਦਿਸ ਇਜ਼ ਦਾ ਜੈਨੂਅਨ ਸਟੂਡੈਂਟ, ਜਿਹਦੇ ਕਰਕੇ ਉਹਦੀ ਇੱਕ ਸਿਲੈਕਸ਼ਨ ਆਫ ਦਾ ਯੂਨੀਵਰਸਿਟੀ ਔਰ ਪ੍ਰੋਗਰਾਮ ਹੀ ਉਹਦੀ ਇੱਕ ਅਪਰੋਚ ਦੱਸਦੀ ਹੈ ਕਿ ਉਹ ਇੱਕ ਕਰੀਅਰ ਓਰੀਐਂਟਡ ਅਪਰੋਚ ਦੇ ਨਾਲ USA ਵਿੱਚ ਆਉਣਾ ਚਾਹੁੰਦਾ। ਜਿਹੜਾ ਸਭ ਤੋਂ ਪਹਿਲਾਂ ਨਾ ਪਰਪਜ਼ ਵਾਲਾ ਕੁਐਸਚਨ ਆਉਂਦਾ ਵੀ ਤੁਸੀਂ US ਕਿਉਂ ਆਉਣਾ ਚਾਹੁੰਦੇ ਹੋ। ਸਟੂਡੈਂਟ ਕਹਿ ਦਿੰਦਾ ਜੀ US ਇੱਕ ਕਿੰਗ ਕੰਟਰੀ ਹੈ, ਜੋ ਮੈਂ ਨੋਰਮਲੀ ਟਰਮੀਨੋਲੋਜੀ ਸੁਣਦਾ ਜੀ ਉੱਥੇ ਡਿਵੈਲਪਮੈਂਟ ਬਹੁਤ ਹੈ, ਐਡਵਾਂਸ ਬਹੁਤ ਹੈ, ਪ੍ਰੈਕਟੀਕਲ ਬਹੁਤ ਹੈ। ਸੋ ਇਹ ਹਰ ਇੱਕ ਐਡਵਾਂਸਮੈਂਟ, ਪ੍ਰੈਕਟੀਕੈਲਿਟੀ,
ਪ੍ਰੋਗਰਾਮਸ ਹਰ ਇੱਕ ਕੰਟਰੀ 'ਚ ਅਵੇਲੇਬਲ ਨੇ, ਬਟ ਦ ਫਸਟ ਇਜ਼ ਹਾਊ ਯੂ ਆਰ ਅਪਰੋਚਿੰਗ ਟੂਵਰਡਸ ਯੋਰ ਕਰੀਅਰ। ਉੱਥੇ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਤੁਹਾਡੀ ਸਿਲੈਕਸ਼ਨ ਆਫ ਦੀ ਇੰਸਟੀਟਿਊਸ਼ਨ। ਸੋ ਜਿਹੜੇ ਵੀ ਸਟੂਡੈਂਟ USA ਲਈ ਅਪਲਾਈ ਕਰਨਾ ਚਾਹੁੰਦੇ ਨੇ, ਉਹ ਵਿਦ ਆਇਲਸ PT ਕਰਨਾ ਚਾਹੁੰਦੇ ਨੇ, ਵਿਦਆਊਟ ਕਰਨਾ ਚਾਹੁੰਦੇ ਨੇ, ਮੇਰੀ ਉਹਨਾਂ ਨੂੰ ਐਡਵਾਈਸ ਨਹੀਂ ਹੈ, ਰਿਕਮੈਂਡੇਸ਼ਨ ਹੈ ਕਿ ਉਹ ਸਿਰਫ ਔਰ ਸਿਰਫ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰਨ। ਇੱਥੇ ਗੱਲ ਆਉਂਦੀ ਹੈ ਕਿ ਜਦੋਂ ਯੂਨੀਵਰਸਿਟੀਜ਼ ਦੇ ਵਿੱਚ ਅਪਲਾਈ ਕਰਨਾ, ਮੈਂ ਖਾਸ ਤੌਰ 'ਤੇ ਗੱਲ ਕਰ ਰਿਹਾ +2 ਪਾਸ ਆਊਟ ਸਟੂਡੈਂਟ ਦੇ ਲਈ, ਤਾਂ ਉਹਨਾਂ ਨੂੰ ਲੱਗਦਾ ਜੀ ਹੁਣ ਯੂਨੀਵਰਸਿਟੀ ਜਾਵਾਂਗੇ ਤਾਂ 4 ਸਾਲ ਦੀ ਡਿਗਰੀ ਕਰਨੀ ਪਊਗੀ, ਡਿਪਲੋਮਾ ਸਾਨੂੰ 2 ਸਾਲ ਦਾ ਮਿਲ ਜਾਣਾ। ਬਟ USA ਇਸ ਚੀਜ਼ ਨੂੰ ਥੋੜ੍ਹਾ ਜਿਹਾ ਵਾਈਸ ਵਰਸਾ ਸੋਚਦਾ, ਉਹ ਸੋਚਦਾ ਵੀ ਅਗਰ ਤੁਸੀਂ ਸਾਡੇ ਕੰਟਰੀ 'ਚ ਆ ਰਹੇ ਹੋ ਤਾਂ ਤੁਸੀਂ ਇੱਕ ਵੈਲ ਡਿਫਾਈਨਡ ਪ੍ਰੋਗਰਾਮ ਦੇ ਵਿੱਚ ਔਰ ਇੱਕ ਰਿਪਿਊਟਿਡ ਇੰਸਟੀਟਿਊਸ਼ਨ ਦੇ ਵਿੱਚ ਪੜ੍ਹਨਾ ਹੋ। ਹੁਣ ਯੂਨੀਵਰਸਿਟੀਜ਼ ਤੁਹਾਨੂੰ 4 ਸਾਲ ਦੀਆਂ ਨੇ ਵੀ, ਬ੍ਰੌਡਵੇ ਦੇ ਨਾਲ ਤੁਸੀਂ ਐਪਲੀਕੇਸ਼ਨ ਨੂੰ ਕਨੈਕਟ ਕਰਦੇ ਹੋ ਤਾਂ ਬ੍ਰੌਡਵੇਜ਼ ਹੈਵਿੰਗ ਦ ਟਾਈ ਅਪ ਵਿਦ ਦੀ ਸਰਟਨ ਯੂਨੀਵਰਸਿਟੀਜ਼ ਲਾਈਕ ਇਨ ਕੈਲੀਫੋਰਨੀਆ, ਸੀਐਟਲ, ਵਾਸ਼ਿੰਗਟਨ, ਜਿੱਥੇ ਤੁਸੀਂ 3 ਸਾਲ ਦੀ ਬੈਚਲਰ ਡਿਗਰੀ 'ਚ ਵੀ ਅਪਲਾਈ ਕਰ ਸਕਦੇ ਹੋ। ਸੋ ਸਿਲੈਕਸ਼ਨ ਆਫ ਇੰਸਟੀਟਿਊਸ਼ਨ ਇਜ਼ ਵੈਰੀ ਇੰਪੋਰਟੈਂਟ। ਇਹਨੂੰ ਬਿਲਕੁਲ ਵੀ ਸੈਕੰਡਰੀ ਨਾ ਲੈ ਕੇ ਚੱਲੋ। ਪ੍ਰਾਇਮਰੀ ਸਟੂਡੈਂਟ ਸੋਚਦਾ ਜੀ ਪ੍ਰੋਗਰਾਮ ਦੀ ਤਿਆਰੀ ਕਰ ਲਾਂਗੇ, ਯਾਦ ਕਰ ਲਾਂਗੇ, ਮੋਡਿਊਲ ਯਾਦ ਕਰ ਲਾਂਗੇ, ਉਹ ਬੋਲ ਦੇਵਾਂਗੇ, ਹੋ ਸਕਦਾ ਇਹ ਚੀਜ਼ਾਂ ਤੁਹਾਡੇ ਤੋਂ ਪੁੱਛਣ ਹੀ ਨਾ। ਉਹਨਾਂ ਦਾ ਸਰਵਿੰਗ ਉੱਥੇ ਹੀ ਖਤਮ ਹੋ ਜੇ ਕਿ ਸਟੂਡੈਂਟ ਜਿਹੜੇ ਇੰਸਟੀਟਿਊਸ਼ਨ 'ਚ ਪੜ੍ਹਨ ਆ ਰਿਹਾ ਉਹਦੀ ਰੇਟਿੰਗ ਕੀ ਹੈ। ਅਗਰ ਉਹਦੀ ਰੇਟਿੰਗ ਪੂਅਰ ਹੈ, ਉਹ ਕਾਲਜ ਦੇ ਵਿੱਚ ਕਿਸੇ ਪੂਅਰ ਰੇਟਿੰਗ ਕਾਲਜ 'ਚ ਆ ਰਿਹਾ, ਈਜ਼ੀ ਟੂ ਈਜ਼ੀ ਜਾਂ ਜਨਰਲ ਪ੍ਰੋਗਰਾਮ 'ਚ ਅਪਲਾਈ ਕਰਨ ਦੀ ਆ ਰਿਹਾ, ਤਾਂ ਤੁਹਾਡਾ ਇੰਟਰਵਿਊ ਉੱਥੇ ਹੀ ਖਤਮ ਹੋ ਜਾਣਾ। ਦੇ ਵਿਲ ਨੋਟ ਈਵਨ ਗੋ ਅਹੈਡ ਕਿ ਉਹ ਤੁਹਾਨੂੰ ਬਾਕੀ ਟਰਮਸ ਦੇ ਉੱਤੇ ਗੱਲਬਾਤ ਕਰਨ। ਸੋ ਇਟ ਇਜ਼ ਇੰਪੋਰਟੈਂਟ ਜੇ ਤੁਸੀਂ US ਅਪਲਾਈ ਕਰ ਰਹੇ ਹੋ, ਗੋ ਓਨਲੀ ਵਿਦ ਦਾ ਯੂਨੀਵਰਸਿਟੀਜ਼, ਗੋ ਵਿਦ ਦਾ ਬੈਚਲਰਸ ਪ੍ਰੋਗਰਾਮ, ਸਕਿੱਲਡ ਪ੍ਰੋਗਰਾਮ ਲੈ ਕੇ ਚੱਲੋ, ਹਾਈ ਜੋਬ ਡਿਮਾਂਡ ਪ੍ਰੋਗਰਾਮ ਲੈ ਕੇ ਚੱਲੋ। ਉਸ ਚੀਜ਼ ਦੇ ਲਈ ਅਸੀਂ ਬੈਠੇ ਹਾਂ, ਤੁਸੀਂ ਆ ਕੇ ਡਾਇਰੈਕਟਲੀ ਸਾਨੂੰ ਮਿਲ ਸਕਦੇ ਹੋ, ਸਾਡੀਆਂ ਟੀਮਸ ਦੇ ਨਾਲ ਕੰਟੈਕਟ ਕਰ ਸਕਦੇ ਹੋ, ਔਰ ਅੱਜ ਹੀ ਆਪਣੀ ਅਪੁਆਇੰਟਮੈਂਟ ਫਿਕਸ ਕਰੋ 90238 90238 'ਤੇ ਕਾਲ ਕਰਕੇ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।